पंजाब दे हालात दोस्तों देखो भी की होन जा रहे हैं, जिहड़े के बड़े टाइम तो रौला पै रहा सी इस चीज़ का कि बई आप अपना पानी बचा लगे पानी बचा लगे, पर की हुंदा कि जदों कोई एक घर बोर करता वा जे उहदा पानी का नुकसान हुंदा तां आपां सारे फिर उत्थे इकट्ठे नहीं हुंदे। पर अज जिहड़ा की होया कि अज गुरद्वारा साहिब दे विच इक बोर किया गया, ये पिंड आपां खड़े हाँ महिंगा वाले गुरद्वारा साहिब हैगा बाबा दुनी चंद जी समाधि कमेटी महिंगा वाला कलां जीरा। तो की होया इत्थे कि इत्थे नेड़े एक फैक्टरी हैगी आ शराब फैक्टरी हैगी आ, तो जिहड़ा उहदा पानी जिहड़ा जिन्ना भी पानी सीगा हुंदा वा ओह फैक्टरी दा ओह विच पाया जांदा धरती दे। ਇਹ ਇੱਕ ਇੱਕ ਫੈਕਟਰੀ ਦੀ ਗੱਲ ਨਹੀਂ ਹੈ, ਜੇ ਕਹੀਏ ਪੂਰੇ ਆਪਣੇ ਪੰਜਾਬ ਦੇ ਵਿੱਚ ਹੀ ਕਹੀਏ, ਵੈਸੇ ਤਾਂ ਇੰਡੀਆ 'ਚ ਹੀ ਗੱਲ ਕਰ ਲਈਏ, ਅਤੇ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਹੀ ਇਹ ਕੁਛ ਹੁੰਦਾ ਵਾ, ਪੂਰੇ ਪੰਜਾਬ ਦੇ ਵਿੱਚ ਫੈਕਟਰੀਆਂ ਦਾ ਪਾਣੀ ਧਰਤੀ 'ਚ ਹੀ ਪਾਇਆ ਜਾ ਰਿਹਾ ਵਾ, ਉਹਨੂੰ ਰੀਸਾਈਕਲ ਨਹੀਂ ਕੀਤਾ ਜਾ ਰਿਹਾ ਗਾ। ਤਾਂ ਅੱਜ ਨੁਕਸਾਨ ਕੀ ਹੋਇਆ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਬੋਰ ਕਰ ਰਹੇ ਸੀ ਤਾਂ ਜਦੋਂ 500-600 ਫੁੱਟ 'ਤੇ ਬੋਰ ਜਾਂਦਾ ਤਾਂ ਪਾਣੀ ਜਿਹੜਾ ਵਾ ਉਹ ਜਿਹੜਾ ਸ਼ਰਾਬ ਫੈਕਟਰੀ ਵਾਲਾ ਉਹ ਨਿਕਲਣਾ ਸ਼ੁਰੂ ਹੋ ਜਾਂਦਾ, ਵੀ ਕਹਿ ਲਓ ਵੀ ਸ਼ਰਾਬ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਗੰਦੇ ਪਾਣੀ ਦੀ। ਅਤੇ ਇੱਥੇ ਆਪਣੇ ਨਾਲ ਮੋਹਤਵਾਰ ਸੱਜਣ ਪਿੰਡ ਦੇ ਖੜ੍ਹੇ ਆ, ਸਾਰਿਆਂ ਨਾਲ ਗੱਲਬਾਤ ਕਰਦੇ ਹਾਂ। ਅਤੇ ਪਿੰਡ ਦੇ ਸਾਰੇ ਪਤਵੰਤੇ ਸੱਜਣ ਖੜ੍ਹੇ ਆ ਜੀ। ਅਤੇ ਬਾਈ ਜੀ ਅੱਜ ਬੋਰ ਚੱਲ ਰਿਹਾ ਸੀ, ਜਦੋਂ ਪਤਾ ਲੱਗਾ ਮੈਨੂੰ ਵੀ ਪਤਾ ਲੱਗਾ ਤਾਂ ਮੈਂ ਵੀ ਜਲਦੀ ਤੋਂ ਜਲਦੀ ਆਇਆ, ਵੀ ਕੀ ਕਾਰਨ ਕੀ ਬਣੇ ਆ ਜੀ ਇੱਥੇ? ਬਾਈ ਜੀ ਜਿਹੜੇ ਅਸੀਂ ਸਥਾਨ 'ਤੇ ਖੜ੍ਹੇ ਧੰਨ ਧੰਨ ਭਗਤ ਬਾਬਾ ਦੁਨੀ ਚੰਦ ਜੀ ਪਿੰਡ ਮੰਝਾਂ ਵਾਲਾ ਕਲਾਂ ਜੀ। ਹਾਂਜੀ, ਇਹ ਗੁਰੂ ਘਰ ਦਾ ਲੰਗਰ ਹਾਲ ਆ ਜੀ, ਲੰਗਰ ਹਾਲ ਦੇ ਵਿੱਚ ਅਸੀਂ ਬੋਰ ਕਰ ਰਹੇ ਸੀਗੇ। ਹਾਂਜੀ, ਇਹ ਸਾਡੇ ਪ੍ਰਧਾਨ ਸਾਹਿਬ ਨੇ। ਹਾਂਜੀ, ਤੇ ਬੋਰ ਕਰਦੇ ਜਦੋਂ ਇਹਨਾਂ ਨੇ ਬੋਰ ਕੀਤਾ ਤੇ 540 ਫੁੱਟ ਤੇ ਗਏ, 540 ਫੁੱਟ ਤੇ ਜਾ ਕੇ TTS ਚੈੱਕ ਕਰਾਇਆ। ਹਾਂਜੀ, ਉਹ TTS 2400 ਆਇਆ ਜੀ। ਅੱਛਾ ਜੀ, ਇਹ ਫੇਰ ਜਿਵੇਂ ਥੱਲੇ ਜਾਂਦੇ ਰਹੇ ਉਵੇਂ ਉਵੇਂ TTS ਵਧੀ ਗਿਆ। ਪਾਣੀ ਜਿਹੜਾ ਸੀ ਨਾ, ਪਾਣੀ ਲਾਲ ਰੰਗ ਦਾ ਤੇ ਇੱਕ ਲਾਹਣ ਰੂਪ, ਜਿਵੇਂ ਲਾਹਣ ਹੁੰਦੀ ਹੈ ਨਾ, ਲਾਹਣ ਆਉਣ ਲੱਗ ਗਈ ਬਈ। ਜਿਵੇਂ ਆਪਾਂ ਪਿਛਲੇ ਦਿਨਾਂ 'ਚ ਆਪਾਂ ਬੋਰਾਂ ਦਾ ਪਾਣੀ ਚੱਲਦਾ ਇੱਧਰਲੇ ਏਰੀਏ 'ਚ ਦੇਖਿਆ, ਗੁਰਦਾਸਪੁਰ ਏਰੀਏ ਦੇ ਵਿੱਚ ਵੇਖਿਆ ਇੱਧਰ ਦਾ ਪਾਣੀ ਨਿਕਲ ਰਿਹਾ। ਸੇਮ ਉਹੀ, ਮਤਲਬ ਇੱਕ ਨਾ ਉਹੀ ਪਾਣੀ ਉਦਣ ਦਾ ਹੀ ਆ ਰਿਹਾ ਸੀਗਾ। ਅੱਛਾ ਜੀ, ਇੱਕ ਮਤਲਬ ਲਾਹਣ ਆ ਰਹੀ ਸੀ ਸਾਡੇ ਕੋਲ, ਪਾਣੀ ਵੀ ਹੈਗਾ ਬੋਤਲ 'ਚ, ਤੁਹਾਨੂੰ ਦਿਖਾ ਸਕਦੇ ਹਾਂ। ਹਾਂ ਉਹ ਦਿਖਾ ਦੋਗੇ ਨਾਲ? ਹਾਂ ਹਾਂ ਜ਼ਰੂਰ, ਉੱਧਰ ਪਈ ਹੈ ਵੀਰੇ ਪਾਣੀ, ਉਹ ਸਾਂਭ ਕੇ ਰੱਖਿਆ ਹੋਇਆ, ਤੁਹਾਨੂੰ ਲਿਆਉਂਦੇ ਲਿਆਣ ਕੇ ਦਿਖਾ ਦਿੰਦੇ ਹਾਂ। ਹਾਂਜੀ ਹਾਂਜੀ, ਅਤੇ ਉਹ ਬਾਈ ਉਹਦਾ ਇੱਕ ਮੇਜਰ ਮੇਨ ਕਾਰਨ ਇਹ ਆ ਵੀ ਸਾਡੇ ਨਾ ਇੱਥੇ ਨੇੜੇ 2-3 ਕਿਲੋਮੀਟਰ 'ਤੇ ਸ਼ਰਾਬ ਫੈਕਟਰੀ ਆ ਮਾਲਬਰੋਸ ਦੀ ਮਲਹੋਤਰੇ ਦੀ। ਹਾਂਜੀ ਹਾਂਜੀ, ਉਹ ਫੈਕਟਰੀ ਦਾ ਪਾਣੀ ਆ ਨਾ ਜਿਹੜਾ ਗੰਦਾ ਪਾਣੀ, ਉਹਦੀ ਵੇਸਟੇਜ ਆ ਜਿਹੜੀ ਉਹ ਸਾਰੀ ਹੀ ਧਰਤੀ ਵਿੱਚ ਜਾਂਦੀ ਆ। ਹਾਂਜੀ, ਉਹਨਾਂ ਨੇ 1000-1000 ਫੁੱਟ ਦੇ ਬੋਰ ਕੀਤੇ ਹੋਏ ਆ, ਡੂੰਘੇ ਬੋਰ ਕੀਤੇ ਹੋਏ ਆ, ਵਿੱਚ ਜਾਂਦੀ ਆ ਹੈ ਨਾ, ਉਹਦਾ ਕੋਈ ਟ੍ਰੀਟਮੈਂਟ ਨਹੀਂ ਕਰ ਰਹੇ ਪਾਣੀ ਦਾ? ਟ੍ਰੀਟਮੈਂਟ ਕੁਛ ਨਹੀਂ ਹੈਗਾ ਬਾਈ, ਉਹ ਟ੍ਰੀਟਮੈਂਟ ਨਾਂ ਦਾ ਟ੍ਰੀਟਮੈਂਟ ਆ ਵੀ ਟ੍ਰੀਟਮੈਂਟ ਪਲਾਂਟ ਨਾਂ ਦਾ, ਪਰ ਉਹ ਜਿਹੜਾ ਸਾਰਾ ਹੀ ਗੰਦਾ ਪਾਣੀ ਨਾ ਵਿੱਚ ਜਾ ਰਿਹਾ। ਠੀਕ ਹੈ ਜੀ, ਉਹਦਾ ਹੀ ਕਾਰਨ ਉਹ ਜਿਹੜਾ ਪਾਣੀ ਆ, ਹੁਣ ਸਾਡਾ ਪਾਣੀ ਦੂਸ਼ਿਤ ਹੋ ਗਿਆ ਸਾਰਾ ਪਾਣੀ ਸਾਡੇ, ਮਤਲਬ ਪਿੰਡ 'ਚ ਆ ਗੁਰੂ ਘਰ ਵਿੱਚ ਲੰਗਰ ਹਾਲ ਵਿੱਚ ਅਸੀਂ ਬੋਰ ਕੀਤਾ ਸੀਗਾ ਤੇ ਉਹਦੇ ਵਿੱਚ ਮਤਲਬ ਇਹ ਪਾਣੀ ਆ ਗਿਆ ਜੀ। ਹਾਂਜੀ ਹਾਂਜੀ ਹਾਂਜੀ, ਇੱਕ ਮਿੰਟ। ਤੇ ਬਾਈ ਜੀ ਇਹ ਜਿਹੜਾ ਪਾਣੀ ਗੰਦਾ ਆ ਰਿਹਾ ਵਾ, ਇਹ ਹੁਣ ਅੱਜ ਹੀ ਪਤਾ ਲੱਗਾ ਜਾਂ ਪਹਿਲਾਂ ਵੀ ਪਤਾ ਲੱਗ ਚੁੱਕਾ ਹੈ, ਜਿਵੇਂ ਆਪਣੇ ਘਰਾਂ ਦੇ ਵਿੱਚ ਹੁੰਦਾ ਜੇ ਕਿਸੇ ਘਰ ਦੇ ਆ ਗਿਆ ਪਾਣੀ ਤਾਂ? ਬਾਈ ਪਹਿਲਾਂ ਇੱਦਾਂ ਸੀਗਾ ਬਈ, ਸਾਡੇ ਪਿੰਡ ਨੂੰ ਅੱਜ ਤੱਕ ਕੋਈ ਵੀ ਪਾਣੀ ਸਾਡੇ ਨਾ, ਸਾਡੇ ਪਿੰਡ ਬਿਮਾਰੀ ਆ, ਸਾਡਾ ਪਿੰਡ ਬਹੁਤ ਵਧੀਆ। ਹਾਂਜੀ, ਸੋਹਣੀ ਰੋਟੀ ਖਾਂਦਾ, ਸੁੱਖ ਦੀ ਰੋਟੀ ਖਾਂਦਾ। ਹਾਂਜੀ, ਅੱਜ ਤੱਕ ਸਾਡੇ ਪਿੰਡ ਕੋਈ ਜ਼ਿਆਦਾ ਬਿਮਾਰੀ ਵੀ ਹੈ ਨਹੀਂ ਗੀ। ਹਾਂਜੀ ਹਾਂਜੀ, ਮਤਲਬ ਨਾ ਮਾਤਰ ਆ, ਹੈਗੀ ਆ ਬਿਮਾਰੀ ਨਾ ਮਾਤਰ ਆ। ਹਾਂਜੀ, ਪਰ ਸਾਡੇ ਇੱਥੇ ਤੱਕ ਬੋਰ ਨਹੀਂ ਗਈ ਸੀ, ਹੁਣ ਸਾਡੇ ਇਹ ਪ੍ਰੋਬਲਮ ਹੋ ਗਈ ਵੀਰੇ ਸ਼ੁਰੂ। ਠੀਕ ਹੈ, ਹੁਣ ਜਿਹੜਾ ਸਾਨੂੰ ਆਉਣ ਵਾਲੇ ਦਿਨਾਂ 'ਚ ਇਹ ਲੱਗ ਰਿਹਾ ਵੀ ਜਿਹੜੇ ਇਹ ਬੋਰ ਆ ਨਾ, ਇਹ ਬੋਰਾਂ ਦੇ ਨਾਲ ਇਹ ਪਾਣੀ ਨਾਲ ਹਰ ਇੱਕ ਘਰੇ ਬਿਮਾਰੀ ਹੋਊਗੀ। ਬਿਲਕੁਲ, ਕਿਸੇ ਦਿਨ ਸਾਨੂੰ ਪੀਣ ਯੋਗ ਪਾਣੀ ਨਹੀਂ ਲੱਭਣਾ, ਲੋਕਾਂ ਨੇ ਪਾਣੀ ਪਿੱਛੇ ਲੜਨਾ ਅਤੇ ਕਿਤੇ ਦੂਰਾਂ ਕਿਲੋਮੀਟਰਾਂ ਤੱਕ ਜਾ ਕੇ ਪਾਣੀ ਲਿਆਇਆ ਕਰਨਗੇ, ਦੇਖਿਆ ਕਰਨਗੇ। ਇਸ ਤੋਂ ਬਾਅਦ ਜੇ ਬਾਈ ਜੀ ਗੱਲ ਕਰਕੇ ਵੀ ਜਿਵੇਂ ਅੱਜ ਗੁਰੂ ਘਰ ਇਹ ਹੋਇਆ ਤਾਂ ਫਿਰ ਇਕੱਠੇ ਹੋਣਾ ਪਿਆ ਹੈ ਨਾ, ਵੀ ਪਹਿਲਾਂ ਜੇ ਤੁਸੀਂ ਕਹਿੰਦੇ ਵੀ ਪਹਿਲਾਂ ਤਾਂ ਕੋਈ ਇਹੋ ਜਿਹਾ ਨਹੀਂ ਪਤਾ ਲੱਗਾ? ਉਹੀ ਗੱਲ ਨਾ ਬਾਈ, ਸਾਡੇ ਨਾ ਬਾਬੇ ਭਗਤ ਦੁਨੀ ਚੰਦ ਦੀ ਬਰਸੀ ਹੁੰਦੀ ਆ, ਸਾਡੇ ਇੱਕ ਮਹੀਨਾ ਪ੍ਰੋਗਰਾਮ ਚੱਲਦਾ। ਹਾਂਜੀ, ਬਹੁਤ ਤਕੜੀ ਬਰਸੀ ਹੁੰਦੀ ਆ, ਅਤੇ ਅਸੀਂ ਤਾਂ ਮਤਲਬ ਪਿੰਡ ਦੇ ਜਿਹੜੇ ਪਤਵੰਤੇ ਸੱਜਣਾ, ਇਹਨਾਂ ਨੇ ਸੋਚਿਆ ਸੀਗਾ ਵੀ ਸੰਗਤਾਂ ਵਾਸਤੇ ਮਿੱਠਾ ਪਾਣੀ ਆਊਗਾ, ਸੰਗਤਾਂ ਵਾਸਤੇ ਇਹ ਬੋਰ ਲੋੜ ਦੀ ਅਨੁਸਾਰ, ਜਿਵੇਂ ਲੋੜ ਸੀ ਹੈ ਨਾ, ਹਾਂਜੀ ਜ਼ਰੂਰਤ ਦੇ ਅਨੁਸਾਰ ਇਹ ਬੋਰ ਕੀਤਾ, ਉਹ ਬੋਰ ਕੀਤਾ ਤੇ ਮਿੱਠਾ ਪਾਣੀ ਆਊਗਾ, ਪਰ ਇਹ ਬੋਰ 'ਚੋਂ ਇੱਕ ਸ਼ਰਾਬ ਗੰਦਾ ਪਾਣੀ ਆਇਆ ਬਾਈ ਜੀ ਇਹ। ਠੀਕ ਹੈ, ਅਤੇ ਬਾਈ ਜੀ ਹੁਣ ਇਹ ਬੋਰ ਦਾ ਫਿਰ ਕੀ ਕਰਨ ਲੱਗੇ ਆ ਜੀ? ਬਾਈ ਜੀ ਸਾਡੇ ਨਾਲ ਮਤਲਬ ਕਿਸਾਨ ਯੂਨੀਅਨ ਦੇ ਬਾਈ ਬਲਰਾਜ ਸਿੰਘ ਜੀ ਕਾਲਾ ਫੇਰੂਕਾਂ ਤੋਂ, ਇਹ ਵੀ ਆ, ਹੋਰ ਵੀ ਜਥੇਬੰਦੀਆਂ ਆਈਆਂ ਇਲਾਕੇ ਦੇ, ਅਸੀਂ ਕਾਲ ਦਿੱਤੀ ਸੀ ਇਲਾਕੇ ਦੇ ਪੂਰੇ ਹੀ ਨਗਰਾਂ ਨੂੰ, ਸਾਡੇ ਸਾਰੇ ਨਗਰ ਵੀ ਆਏ ਆ ਅਤੇ ਸਾਰੇ ਹੀ ਬੰਦੇ ਆਏ ਆ, ਅਸੀਂ ਇੱਕ ਸਮਾਂ ਉਲੀਕਾਂਗੇ, ਸਮਾਂ ਉਲੀਕ ਕੇ ਅਸੀਂ ਪ੍ਰੋਟੈਸਟ ਕਰਾਂਗੇ ਉਸ ਸ਼ਰਾਬ ਫੈਕਟਰੀ ਦੇ ਮੂਹਰੇ, ਉਹ ਸ਼ਰਾਬ ਫੈਕਟਰੀ ਬੰਦ ਕਰਵਾਵਾਂਗੇ ਜੀ। ਬਾਈ ਹਾਲੇ ਤੀਕਰ ਪ੍ਰਸ਼ਾਸਨ ਦੇ ਸਾਨੂੰ ਫੋਨ ਆ ਰਹੇ ਆ, ਹਾਲੇ ਤੀਕਰ ਪ੍ਰਸ਼ਾਸਨ ਪੂਰਾ ਸਾਥ ਦੇ ਰਿਹਾ, ਆਪਾਂ ਐਵੇਂ ਕਹੀਏ।
ਅਸੀਂ 2 ਦਿਨ ਹੋਰ ਦੇਖਾਂਗੇ ਵੀ ਇਹ ਹੁੰਦਾ ਨਾ ਵੀ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਖਾਣ ਦੇ ਹੋਰ ਵੀ ਪ੍ਰਸ਼ਾਸਨ ਮੂਹਰੋਂ ਮੁੱਠਾ ਵਿੱਚੋਂ ਕੀ ਆ ਹਨਾ ਅਸੀਂ ਪ੍ਰਸ਼ਾਸਨ ਨੂੰ ਦੇਖਾਂਗੇ 2 ਦਿਨ ਜਿਵੇਂ ਬਾਕੀ ਇਹ ਸਾਡੇ ਸਿਆਣੇ ਬੰਦੇ ਜਾਂ ਕਿਸਾਨ ਯੂਨੀਅਨ ਵਾਲੇ ਜਥੇਬੰਦੀਆਂ ਜਾਂ ਸਾਡੇ ਪਿੰਡ ਦੇ ਵੀਰ ਜਿਹੜੇ ਸਿਆਣੇ ਬੰਦੇ ਕਮੇਟੀ ਵਾਲੇ ਜਾਂ ਇਲਾਕੇ ਦੇ ਵੀਰ ਜਿਵੇਂ ਵੀ ਸੰਗਤ ਕਹੂਗੀ ਉਹ ਚੀਜ਼ ਕੀਤੀ ਜਾਊਗੀ ਉਦਾਂ ਦਾ ਪ੍ਰੋਟੈਸਟ ਹੋਊਗਾ ਜੀ। ਠੀਕ ਹੈ ਜੀ ਪ੍ਰਧਾਨ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਬਾਰੇ? ਮੈਂ ਕਹਿਣਾ ਚਾਹੁੰਦਾ ਜੀ ਇਕੱਲਾ ਸਾਨੂੰ ਇਸ ਥੱਲੜੇ ਪਾਣੀ ਦਾ ਨਾਲ ਨੁਕਸਾਨ ਨਹੀਂ ਆ ਵੀ ਜਿਵੇਂ ਸਾਡੇ 500 ਵਾਲਾ ਬੋਰ ਅਤੇ 500 ਵਜੇ 'ਤੇ ਜਾ ਕੇ ਸਾਡਾ ਕੁਛ ਪਾਣੀ ਮਿੱਠਾ ਜਦੋਂ ਅਸੀਂ 500 ਪਾਣੀ ਤੋਂ ਜਦੋਂ ਥੱਲੇ ਜਾਵਾਂਗੇ ਹੁਣ ਅਤੇ ਉੱਥੇ ਥੱਲੇ ਤਾਂ ਜ਼ਹਿਰੀਲਾ ਪਾਣੀ ਹੈ ਜੀ। ਹੁਣ ਜਿਵੇਂ ਫਰਜ਼ ਕਰ ਲਾ ਵੀ ਇਹ ਤਾਂ ਹੁਣ ਤੁਰੰਤ ਹੀ ਪਤਾ ਲੱਗਾ ਕਿ ਜਿਵੇਂ ਇਹ ਹੋ ਸਕਦਾ 2 ਮਹੀਨਿਆਂ 'ਚ 500 ਵਾਲਾ ਵੀ ਖਰਾਬ ਹੋ ਜਾਵੇ ਰਾਜੇ ਵੀ ਪਾਣੀ ਤਾਂ ਰਲੀ ਜਾਣਾ ਨਾ ਜੀ ਅਤੇ ਇਹ ਸਾਡੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਸਾਡੇ ਪਿੰਡਾਂ ਦੇ ਪਿੰਡ ਤਬਾਹ ਹੋਣਗੇ ਜਿਵੇਂ ਸਾਡਾ ਪਿੰਡ ਫੇਰੋ ਕੇ ਆ ਵਕੀਲਾਂ ਵਾਲਾ ਹੋਇਆ ਗਾਂਹ ਨੂੰ ਚਲੋ ਇੱਥੇ ਆਪਾਂ ਬੋਡੂਆਂ ਕਰਕੇ ਵੇਖਿਆ ਖਬਰਾਂ ਜੀ ਤੂੰ ਗਾਂਹ 5-6 ਕਿਲੋਮੀਟਰ ਹੋ ਟੱਪ ਗਿਆ ਹੋਵੇ 10 ਕਿਲੋਮੀਟਰ ਟੱਪ ਗਿਆ ਹੋਵੇ ਆਪਾਂ ਤਾਂ ਇਸ ਗੱਲ 'ਤੇ ਜਾਣੂ ਤਾਂ ਨਾ ਆਪਾਂ ਤਾਂ ਜਾਣੂ ਇਸ ਇੱਥੋਂ ਦੀ ਹਜੇ ਇਹਦੇ ਕਰਕੇ ਗੱਲ ਕਰਕੇ ਜੀ ਮੇਰੇ ਹਿਸਾਬ ਨਾਲ ਵੀ ਇਹ ਜਿਹੜਾ ਮੁੱਦਾ ਹੈਗਾ ਪੰਜਾਬ ਲੈਵਲ ਤੇ ਚੱਕਣਾ ਲਾਵਾ ਜੀ ਇਹ ਕੰਟਰੀ ਦੀ ਗੱਲ ਨਹੀਂ ਹੁੰਦੀ। ਹਾਂਜੀ ਇਹ ਚ ਕੱਲਾ ਨਹੀਂ ਜੀ ਵੇਖੋ ਕੱਲਾ ਵੇਖੋ ਅਸੀਂ ਜ਼ਿੰਦਗੀ ਸਾਡੀ 10 ਸਾਲ ਆ ਆਉਣ ਵਾਲੇ ਬੱਚਿਆਂ ਨੂੰ ਅਸੀਂ ਕੀ ਛੱਡ ਕੇ ਜਾਣਾ ਉਹ ਤੇ ਵੱਡਾ ਸਵਾਲ ਹੈ। ਬਿਲਕੁਲ ਜਿਵੇਂ ਫਰਜ਼ ਕਰ ਲਾ ਵੀ ਅੱਗੇ 60 ਮੱਝਾਂ ਮਰ ਗਈਆਂ ਫੈਕਟਰੀ ਦਾ ਜਿਹੜਾ ਕਾਰਬਨ ਜਿਹੜੀ ਧੂੰਆਂ ਛੱਡਦੀ ਆ ਆਪਣੇ ਸਵਾਹ ਛੱਡਦੀ ਆ 60 ਮੱਝਾਂ ਮਸੂਰਵਾਲ ਦੀਆਂ ਮਰ ਗਈਆਂ ਉਹ ਤੇ ਇਹਨਾਂ ਨੇ ਮੱਝ ਦਾ 60,000 ਰੁਪਈਆ ਦਿੱਤਾ ਗਾਂ ਦਾ ਇਹਨਾਂ ਨੇ 20,000 ਰੁਪਈਆ ਦਿੱਤਾ ਮੁਆਵਜ਼ਾ ਦਿੱਤਾ ਇਹਨਾਂ ਨੇ। ਇਸ ਤਰ੍ਹਾਂ ਹੀ ਅਸੀਂ ਕਹਿੰਦੇ ਹਾਂ ਵੀ ਜਿਹੜੀ ਸਾਡੀ ਫਸਲ ਆ ਫਸਲ ਭਾਵੇਂ ਅਸੀਂ ਝੋਨਾ ਨਹੀਂ ਖਾਣਾ ਕਣਕ ਲੋੜਵੰਦ ਖਰ ਥੋੜ੍ਹੀ ਖਾਣੀ ਆ ਸਾਡੀਆਂ ਸਬਜ਼ੀਆਂ ਵੀ ਤਬਾਹ ਸਾਡਾ ਪੱਠੇ ਵੀ ਤਬਾਹ ਸਾਡਾ ਜਿਹੜਾ ਦੁੱਧ ਆ ਉਹ ਵੀ ਜ਼ਹਿਰ ਆ। ਇਹ ਤਾਂ ਸਾਡੀ ਜਿਹੜੀ ਲੜਾਈ ਆ ਇਹ ਇੱਕ ਬੰਦੇ ਦੀ ਲੜਾਈ ਨਹੀਂ ਇਹ ਬੀਬੀਆਂ ਬੱਚੇ ਚੁੱਲ੍ਹਿਆਂ ਦੀ ਅੱਗ ਇਹ ਸਾਰਿਆਂ ਨੂੰ ਸੇਕ ਜਾਣਾ ਭਾਵਾਂ ਦੀ ਕੋਈ ਅਮਰੀਕਾ 'ਚ ਬੈਠਾ ਹੋਵੇ ਭਾਵੇਂ ਕੈਨੇਡਾ 'ਚ ਬੈਠਾ ਹੋਵੇ ਅੱਧਾ ਪਰਿਵਾਰ ਨੂੰ ਇੱਥੇ ਵੱਸਦਾ ਅੱਧਾ ਉੱਥੇ ਵੱਸਦਾ ਜੇ ਇੱਥੋਂ ਦਾ ਬੰਦਾ ਬਿਮਾਰੀ ਲੈ ਕੇ ਜਾਊਗਾ ਉਹ ਕੈਨੇਡਾ ਅਮਰੀਕਾ 'ਚ ਵੀ ਜਾਊਗੀ। ਅਸੀਂ ਇਹ ਗੱਲ ਦੇ ਅਸੀਂ ਕਹਿੰਦੇ ਹਾਂ ਪੰਜਾਬ ਸਰਕਾਰ ਨੂੰ ਵੀ ਇਹ ਫੈਕਟਰੀ ਸਾਡੀ ਜ਼ਮੀਨ ਜਿਹੜੀ ਆ ਸਾਡੀ ਇਹ ਫੈਕਟਰੀਆਂ ਯੋਗ ਨਹੀਂ ਸਾਡੀ ਵਾਈ ਯੋਗ ਜ਼ਮੀਨ ਆ ਇਹਦੇ 'ਤੇ ਪੂਰਾ ਧਿਆਨ ਦੇ ਕੇ ਵੀ ਜਿਹੜੀ ਫੈਕਟਰੀਆਂ ਬੰਦ ਕਰਕੇ ਅਤੇ ਸਾਡਾ ਜਿਹੜਾ ਪਾਣੀ ਬਚਾਇਆ ਜਾਵੇ ਜਿਹੜੀ ਆਉਣ ਵਾਲੀ ਜਿਹੜੀ ਨਸਲ ਆ ਫਸਲ ਆ ਅਤੇ ਇਹ ਜਿਹੜੀ ਸਾਡੀ ਖੇਤੀ ਆ ਇਹ ਬਹੁਤ ਵਧੀਆ ਸਾਡਾ ਜਿਹੜਾ ਖੇਤੀ ਪ੍ਰਧਾਨ ਸੂਬਾ ਅਤੇ ਇਹਨੂੰ ਸਰਕਾਰ ਟੇਢੇ ਢੰਗ ਨਾਲ ਨੂੰ ਮਾਰਨਾ ਚਾਹੁੰਦੀ ਆ ਭਾਵੇਂ ਚਿੱਟੇ ਨਾਲ ਮਾਰ ਲੈਣ ਅਤੇ ਭਾਵੇਂ ਦੀ ਇਹ ਪਾਣੀ ਨਾਲ ਮਾਰ ਲੈਣ ਭਾਵੇਂ ਉਤਲੀ ਦਵਾਈ ਨਾਲ ਮਾਰਨ ਭਾਵੇਂ ਥੱਲੜੀ ਨਾਲ ਮਾਰਨ ਇਹ ਜਿਹੜੀ ਨੀਤੀ ਆ ਜਿਹੜੀ ਮੋਦੀ ਸਰਕਾਰ ਦੀ ਸੈਂਟਰ ਸਰਕਾਰ ਦੀ ਇਹ ਮੁੱਢ ਤੋਂ ਲਾ ਕੇ ਹੀ ਇਹ ਕਿਸਾਨਾਂ ਮਜ਼ਦੂਰਾਂ ਦੇ ਵੈਰੀ ਆ। ਅਸੀਂ ਕਹਿੰਦੇ ਵੀ ਇਹਦੇ 'ਤੇ ਸਾਨੂੰ ਜਿਹੜੀ ਲੜਾਈ ਆ ਅੱਜ ਹੀ ਇਹਦੇ 'ਤੇ ਰੰਗ ਸਾਨੂੰ ਦੇਣਾ ਚਾਹੀਦਾ ਜੇ ਲੰਮਾ ਛੱਡ ਜਾਈਏ ਤਾਂ ਇੱਦੋਂ ਵੀ ਗਾਂ ਜਿਹੜੀ ਬਿਮਾਰੀ ਆ ਇਹ ਵੱਧ ਸਕਦੀ ਆ। ਇੰਨੀਆਂ ਬੇਨਤੀਆਂ ਹੁਣ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਕਦੋਂ ਦਾ ਹੋਊਗਾ ਕੀ ਹੋਊਗਾ ਜੀ? ਇਹ 'ਤੇ ਹੀ ਪਹਿਲਾਂ ਤਾਂ ਅਸੀਂ ਪਿੰਡ ਨੂੰ ਅਤੇ ਜਥੇਬੰਦੀਆਂ ਸਾਰੀਆਂ ਵਿਚਾਰ ਕਰਦੇ ਹਾਂ ਵਿਚਾਰ ਕਰਕੇ ਜੋ ਵੀ ਫੈਸਲਾ ਆਊਗਾ ਅਸੀਂ ਉਹ 'ਤੇ ਅਸੀਂ ਫੁੱਲ ਚੜਾਵਾਂਗੇ। ਜਿਵੇਂ ਇਹ ਸਾਡੇ ਪਿੰਡੋਂ ਹੀ ਆ ਚਾਚਾ ਜੀ ਇਹ ਕਰਦੀਆਂ ਗਰੁੱਪ ਨਾਲ ਆ ਵੀ ਅਸੀਂ ਇੱਕ ਜਥੇਬੰਦੀ ਨਾ ਕੋਈ ਜਥੇਬੰਦੀ ਸਾਡਾ ਵਖਰੇਵਾਂ ਅਸੀਂ ਡਟ ਕੇ ਲੜਾਂਗੇ ਸਾਰੀ ਜਥੇਬੰਦੀਆਂ ਇਸ ਮੁੱਦੇ 'ਤੇ ਅਤੇ ਅਸੀਂ ਫੈਕਟਰੀ ਨੂੰ ਬੰਦ ਕਰਾਉਣ ਤੱਕ ਜ਼ਰੂਰ ਪਹੁੰਚਾਂਗੇ। ਇੰਨੀਆਂ ਬੇਨਤੀਆਂ। ਮੈਂ ਉਹੀ ਗੱਲ ਕਹਿਣਾ ਚਾਹੁੰਦਾ ਵੀਰੋ ਇਹ ਜਿਹੜਾ ਸੰਘਰਸ਼ ਹੈ ਨਾ ਇਹ ਕਿਸੇ ਇਕੱਲੇ ਬੰਦੇ ਦਾ ਸੰਘਰਸ਼ ਨਹੀਂ ਨਾ ਕਿਸੇ ਪਾਰਟੀ ਬਾਜ਼ੀ ਦਾ ਸੰਘਰਸ਼ ਹੈ ਨਾ ਕਿਸੇ ਪਾਰਟੀ ਦਾ। ਮੈਂ ਸਾਰਿਆਂ ਨੂੰ ਉਹੀ ਅਪੀਲ ਕਰਦਾ ਵੀ ਤੁਸੀਂ ਪਾਰਟੀ ਬਾਜ਼ੀ ਤੋਂ ਉੱਠ ਕੇ ਇੱਕ ਆਪਣਾ ਫਰਜ਼ ਸਮਝਦੇ ਹੋਏ ਇਹ ਤੁਸੀਂ ਨਿਕਲੋ ਕਰੋ ਇਹ ਸੰਘਰਸ਼ ਕਰੋ ਇਹ ਫੈਕਟਰੀ ਬੰਦ ਹੋ ਸਕੇ ਕਿਉਂਕਿ ਇਹ ਆਪਣੀ ਨਸਲਕੁਸ਼ੀ ਆ ਇਹਨਾਂ ਨੇ ਆਪਣੀ ਨਸਲ ਖਰਾਬ ਕਰਨੀ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਨਸਲ ਇੱਦਾਂ ਖਰਾਬ ਹੋਣੀ ਆਪਣੀ ਆਉਣ ਵਾਲੀ ਪੀੜ੍ਹੀ ਬਰਬਾਦ ਹੋਣੀ ਆ ਇਹ ਫੈਕਟਰੀ ਵਿੱਚ ਬਿਮਾਰੀਆਂ ਲੱਗਣੀਆਂ ਬੁਰਾ ਹਾਲ ਹੋਣਾ ਜੀ। ਇਹ ਮੈਂ ਉਹੀ ਕਹਿੰਦਾ ਕਿਸੇ ਪਾਰਟੀ ਨਾਲ ਕੋਈ ਸਾਡਾ ਕੋਈ ਸੰਬੰਧ ਨਹੀਂ ਹੈਗਾ ਅਸੀਂ ਨਿਊਟਰਲ ਹੋ ਕੇ ਚੱਲਾਂਗੇ। ਮਤਲਬ ਇਹ ਆਪਾਂ ਫੈਕਟਰੀ ਬੰਦ ਕਰਵਾਉਣੀ ਆ ਕਿਸੇ ਤਰੀਕੇ ਨਾਲ ਸੰਘਰਸ਼ ਜਿਵੇਂ ਵੀ ਸਾਡੇ ਨਾਲ ਕਿਸਾਨ ਯੂਨੀਅਨ ਨਾਲ ਸਾਡੇ ਨਾਲ ਆ ਅੰਕਲ ਜੀ ਨਾਲ ਆ ਸਾਂਝਾ ਮੋਰਚਾ ਲੱਗੂਗਾ ਹਰੇਕ ਇੱਕ ਨੂੰ ਖੁੱਲ੍ਹਾ ਸੱਦਾ ਇਹ ਆਪਾਂ ਫੈਕਟਰੀ ਬੰਦ ਕਰਵਾਈਏ। ਵੀਰੋ ਇਹ ਆਪਣੇ ਮਤਲਬ ਪਾਣੀ ਇੱਕ ਜੀ ਹੁੰਦਾ ਪਾਣੀ ਤੋਂ ਬਿਨਾਂ ਆਪਾਂ ਰਹਿ ਨਹੀਂ ਸਕਦੇ ਆਪਣਾ ਪਾਣੀ ਦੂਸ਼ਿਤ ਹੋ ਗਿਆ ਨਾ ਅਤੇ ਆਪਣੀ ਜ਼ਿੰਦਗੀ ਬਰਬਾਦ ਆ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਦੀ ਜ਼ਿੰਦਗੀ ਆਪਣੇ ਬਜ਼ੁਰਗਾਂ ਦੀ ਜ਼ਿੰਦਗੀ ਬਚਾਉਣ ਦੀ ਖਾਤਰ ਉਹਨਾਂ ਨੂੰ ਬਿਮਾਰੀਆਂ ਨਾ ਲੱਗਣ ਇਹ ਆਪਾਂ ਫੈਕਟਰੀ ਬੰਦ ਕਰਵਾਈਏ। ਸਾਰੇ ਸਾਡਾ ਸਾਥ ਦਿਓ ਅਤੇ ਜੋ ਵੀ ਅਗਲੀ ਤੁਸੀਂ ਗੱਲ
कहने चाहे हो गए जी जिहड़ी भी गल सारी हो ही गई आ। ये वेखो भी जिथे आपां स्थान ते खड़े आ इत्थे 900 तो लाके 1000 अखंड पाठ प्रकाश हुंदा किन्नी किन्नी दूरों संगत आउंदी आ। ये सानू तो गुरु साहब ने सियाने कहिंदे गुरु साहब ने आप ही सारा कुछ पूरे लाके करा लिया भी सानू चानण पाता जिवें भाई ने पहले ही दस्सिया सीगा कि किसी ने किसी दे घरे हुंदा ते किसी ने इत्थों तकर मुद्दा नहीं आउणा चकना ही ना किसी ने अपने पत्रकारों ने इतों तक पहुँचना ही ना जथेबंदियों ने पहुँचना ही यदा गुरु साहब ने आप दी आप ही जो सू चानन विखाया तो असी गुरु साहब के जोड़े पाए पूरनिया पाए पूरनिया चलोंगे जोड़ा पानी साड़ा फर्ज आ पानी हवा बचा धरती बचा रुख लाने ये तो सा पूरा ध्यान चाहिए। सू पता लग गया सू कल नींद नहीं आई जो मैं पता लगा भी असी दरियावान का पानी अं 21 तरीक तो संघर्ष कमेटी वालों तो अपना होर जथेबंद ग्रह जथेबंद वालों असी साझा मोर्चा दरियाई पानी जिमें लुधियाने तो पा बाबा बुढ़ा साहब बुढ़ा नाले का पा वो जाता फिर अपने हंबोर मुकसर अपने मुकसर वालू उत्थे डिग्गियां का पानी आ उदू गांह राजस्थान चल जाता उत्थे गंदा पानी आ उत्थे कैंसर के मरीज बहुत ज़्यादा बने पे आ उ हाल जो बनू साडा इस जीरे एरिए जा रहा है। एक गल आ जी जिमें भगवंत मान साहब भी कह रहे संत सीचेवाल जी भी आ भी पानी बचा सब तो पहला हाँ जी पर मैं लगता भी इस मुद्दे से सरकार को सब तो अगे हो के आना चाहिए वा जे सरकार इस मुद्दे से ना लड़ी जे सरकार ने आंगनाकानी की पर दूजिया सरकार आंगू ये भी थोड़े दिन चलूगी असी यही बाबा बाबे का हाथ उत्ते हाँ बाबे ने आप खुद तरशमा विखाया जे जे कोई बंदा भी कोई करेगा चाहे कोई सरकार च हुंदियां करेगा पर बड़ा चिर निभूगा नहीं इतने हजार हजार खंड पाठ खुलता तो लखां करोड़ां इतने संगत आउंदी आ प्रशादा छक के जाती है तो मूँह मंगियां मुरादा मिलती आ मिलदियां इन इस पिंड 500-600 ट्रक गड्डी हो 800 इन पिंड ट्रक घोड़ा जरा ट्रक ट्रकों वाला पिंड आ ट्रकों वाले पिंड तो जाणू होता तो इतने बाबे की मेहर आ जे कोई इतने आ के कोई गलत राय दो गलत इस ठिब्बी लाऊ इस घोल ठिब्बी लाऊगा पर मैं नहीं कहता भी बाले चिर कटूगा इन बेनती वाहगुरू जी का खालसा वाहगुरू जी फतेह। असी वही सरकार तो असी आस करते हैं संत बलबीर सिंह जी सीचेवाल उन्होंने तो उम्मीद रखते हैं भी साढ़े पिंड जरूर आन के मौके का हाल देखन सीएम साहब जी वो खुद आन जे हो सके तो जरूर आन क्योंकि साढ़े पिंड पानी बहुत दूषित हो गया थले वाला पानी दूषित हो गया वह फैक्टरी कारण आ जो शराब फैक्टरी आ शराब की जोड़े गंदा गंदगी वो थले रल चुकी आ ये बी जी हम जो बोर आए हम पट्टन लगियां जे पानी फिर पानी नहीं 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 बी असी ना ये बोर की होया बाबे दुनी जाता कोई करिश्मा जी ये बोर ना जो पिंड दे जिवें हुंदी रह करके इन्होंने कहा भी थले वाला पानी खराब हो गया आप थोड़ा तां कर लें जिहड़ा 500 तो लैके मतलब 400 तो 500 दे विच पानी हले सही आ जिहड़ा जो मतलब सही नहीं वह भी खराब ही है वैसे तो मतलब वह उदू माड़ा सही आ जिवें जिवें आप थले तुरी जाने उवें उवें खराब आ पानी इन्हें इन्होंने मतलब हुण पाइपां पातियां सी हुण फिर बोर उत्थे जिथे पानी खराब उत्थे लैके जा रहे आ भी जो कि प्रशासन आऊगा प्रशासन नूं चैक कराउण दी खातर भी विच लाण आउंदी जिहड़ी धन्यवाद भीर जी तुसीं भी आए साडे पिंड धन्यवाद जी।